ਪਟਿਆਲਾ ਦੇ ਨਗਰ ਨਿਗਮ ਕਰਮਚਾਰੀਆਂ ਵੱਲੋਂ ਅੱਜ ਨਗਰ ਨਿਗਮ ਦੇ ਆਫਿਸ ਦੇ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ। ਇਹ ਧਰਨਾ ਸਵੇਰੇ ਸ਼ੁਰੂ ਕੀਤਾ ਤੇ 2 ਘੰਟੇ ਬਾਅਦ ਇਸ ਧਰਨੇ ਨੂੰ ਖਤਮ ਕਰ ਲਿਆ। ਉਹਨਾਂ ਦੀਆਂ ਮੰਗਾਂ ਸਨ ਕਿ ਲਿਫਟ ਨਹੀਂ ਚੱਲ ਰਹੀ, ਇਹਨਾਂ ਤੋਂ ਇਲਾਵਾ ਹੋਰ ਵੀ ਉਹਨਾਂ ਦੀਆਂ ਫਾਈਨੈਂਸ਼ੀਅਲ ਵੀ ਮੰਗਾਂ ਸਨ। ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਔਰ ਇਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਦੋਂ ਅਸੀਂ ਜੁਆਇੰਟ ਕਮਿਸ਼ਨਰ ਮੈਡਮ ਹਰਕੀਰਤ ਕੌਰ ਚਾਨੇ ਮੈਡਮ ਨਾਲ ਗੱਲਬਾਤ ਕਰਨ ਗਏ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਤਾਂ ਕੁਛ ਨਹੀਂ ਬੋਲਿਆ, ਲੇਕਿਨ ਉੱਦਾਂ ਜ਼ਰੂਰ ਭਰੋਸਾ ਦਿੱਤਾ ਹੈ ਕਿ ਇਹਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰ ਲਿਆ ਜਾਵੇਗਾ। ਵਰਕਰਾਂ ਨੇ ਕੀ ਕਿਹਾ ਸੁਣੋ ਤੁਸੀਂ ਵੀ। ਸਾਡੀਆਂ ਮੁੱਖ ਮੰਗਾਂ ਨੇ ਜੀ, ਅੱਜ 1 ਮਹੀਨਾ ਹੋ ਗਿਆ ਸਾਡੀ ਲਿਫਟ ਬੰਦ ਹੈ, 1 ਮਹੀਨਾ ਹੋ ਗਿਆ ਸਾਡੀ ਲਿਫਟ ਬੰਦ ਹੈ। ਵਾਰ ਵਾਰ ਲਿਖ ਕੇ ਪ੍ਰਸ਼ਾਸਨ ਨੂੰ ਦੇ ਚੁੱਕੇ ਹਾਂ, ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਾਡੇ ਰਿਟਾਇਰ ਕਰਮਚਾਰੀਆਂ ਨੂੰ 1-1 ਸਾਲ ਰਿਟਾਇਰ ਹੋਏ ਨੂੰ ਹੋ ਗਏ, ਉਹਨਾਂ ਨੂੰ ਕੋਈ ਅਦਾਇਗੀ ਨਹੀਂ ਕੀਤੀ ਜਾ ਰਹੀ। ਏਸੀ ਸਾਰੇ ਅਫਸਰਾਂ ਦੇ ਕਮਰਿਆਂ 'ਚ ਲੱਗੇ ਹੋਏ ਨੇ, ਪਰ ਸਾਡੇ ਮੁਲਾਜ਼ਮਾਂ ਦਾ ਜਿਹੜਾ ਲੱਗਿਆ ਉਹ ਵੀ ਲਾ ਕੇ ਲੈ ਕੇ ਦੂਜੇ ਕਮਰੇ 'ਚ ਲਾ ਦਿੱਤਾ ਜਾਂਦਾ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਕਿ ਇਹ ਸਾਰੀਆਂ ਮੰਗਾਂ ਧਿਆਨ ਨਾਲ ਸੁਣ ਕੇ ਮੰਗਾਂ ਦਾ ਹੱਲ ਕੱਢੋ, ਨਹੀਂ ਤਾਂ ਇਹ ਸੰਘਰਸ਼ ਕਿਸੇ ਪਾਸੇ ਵੀ ਰੂਪ ਰੇਖਾ ਲੈ ਸਕਦੀ। ਜਿਹੜੀਆਂ ਸਾਡੀਆਂ ਮੰਗਾਂ, ਚਲੋ ਬੋਲੀ ਜਾਓ ਬੋਲੀ, ਸਾਡੀਆਂ ਜਿਹੜੀਆਂ ਮੰਗਾਂ ਅਸੀਂ ਆਪਣੇ ਮੁਲਾਜ਼ਮ ਸਾਥੀਆਂ ਦੀਆਂ ਲੈ ਕੇ ਅੱਗੇ ਚੱਲੇ ਹਾਂ, ਉਹਦੇ ਵਾਸਤੇ ਜੇਕਰ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ 'ਤੇ ਗੌਰ ਨਾ ਕੀਤੀ ਗਈ ਤਾਂ ਇਹ ਜਿਹੜਾ ਸੰਘਰਸ਼ ਹੈ ਇਹ ਹੋਰ ਤੇਜ਼ ਕੀਤਾ ਜਾਵੇਗਾ, ਇਹਦੀ ਰੂਪਰੇਖਾ ਹੋਰ ਤਿਆਰ ਕੀਤੀ ਜਾਵੇਗੀ। ਕਿੰਨੇ ਦਿਨਾਂ ਤੋਂ ਚੱਲ ਰਿਹਾ ਅਤੇ ਕਿੰਨੇ ਦਿਨ ਲੱਗੇਗਾ? ਇਹ ਜਿਹੜੀਆਂ ਸਾਡੇ ਧਰਨਾ ਹੈਗਾ ਇਹ ਕੱਲ੍ਹ ਤੋਂ ਅਸੀਂ ਸ਼ੁਰੂ ਕਰਿਆ। ਪਹਿਲਾਂ ਇਹਨਾਂ ਨੂੰ ਮੈਮੋਰੈਂਡਮ ਦਿੱਤਾ ਹੋਇਆ ਸੀ ਵੀ ਸਾਡੀਆਂ ਇਹ ਮੰਗਾਂ ਨੇ, ਮੰਗਾਂ 'ਤੇ ਇਹਨਾਂ ਨੇ ਕੋਈ ਗੌਰ ਨਾ ਕਰਦੇ ਹੋਏ ਪਿਛਲੇ 1 ਮਹੀਨੇ ਤੋਂ ਲਿਫਟ ਬੰਦ ਹੈਗੀ ਹੈ ਅਤੇ ਮੁਲਾਜ਼ਮ ਗਰਮੀਆਂ ਦੇ ਕੰਮ ਕਰਨ ਵਕਤ ਇੰਨੀ ਗਰਮੀ ਜ਼ਿਆਦਾ ਹੋ ਜਾਂਦੀ ਹੈ, ਏਸੀ ਬਿਲਕੁਲ ਵਰਕਿੰਗ 'ਚ ਨਹੀਂ ਹੈਗੇ। ਸੀਨੀਅਰ ਆਫਿਸਰ ਦੇ ਨਾਲ ਗੱਲ ਨਹੀਂ ਕੀਤੀ ਤੁਸੀਂ? ਸੀਨੀਅਰ ਅਫਸਰ ਦੇ ਨਾਲ ਗੱਲ ਕੀਤੀ ਮਾਨਯੋਗ ਕਮਿਸ਼ਨਰ ਸਾਹਿਬ ਨਾਲ, ਉਹਨਾਂ ਨੇ ਆਸ਼ਵਾਸਨ ਦਿਆ ਸੀ ਆ ਪਿਛਲੇ ਸੋਮਵਾਰ ਵੀ ਤੁਹਾਡਾ ਸਾਰੇ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋ ਜਾਣਗੀਆਂ, ਲਿਫਟ ਵੀ ਚੱਲ ਜਾਏਗੀ, ਏਸੀ ਵੀ ਲੱਗ ਜਾਣਗੇ। ਤਾਂ ਇਹ ਹਾਲੇ ਤੱਕ ਲੱਗੇ ਨਹੀਂ ਹੈ, ਇਹ ਇਸ ਗੱਲ ਨੂੰ ਵੀ 1 ਹਫ਼ਤਾ ਬੀਤ ਚੁੱਕਿਆ। ਕਮਿਸ਼ਨਰ ਸਾਹਿਬ ਬਾਹਰ ਗਏ ਨੇ ਕਿਤੇ ਛੁੱਟੀ 'ਤੇ, ਅਸਟੇਟ ਅਫਸਰ ਨੇ ਸਾਡੀ ਮੰਗਾਂ 'ਤੇ ਕੋਈ ਗੌਰ ਨਹੀਂ ਕੀਤੀ, ਇਸ ਕਰਕੇ ਅਸੀਂ ਇਹ ਧਰਨਾ ਜਾਰੀ ਰੱਖਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਉਦੋਂ ਤੱਕ ਅਸੀਂ ਇਹ ਧਰਨਾ ਲਗਾਈ ਰੱਖਾਂਗੇ। ਇਹੀ ਪ੍ਰਚਾਰ।